बिस्मिल्लाह रहमान रहीम पीएफ प्राइस प्राइज़ बॉन्ड पर आने वालों को खुश आमदीद उम्मीद करता हूँ सब भाई खैरियत से होंगे जुआ पर्ची खेलना कानूनी जुर्म है लहजे नंबरों के प्राइस बॉन्ड खरीदे मुलक की मशियत को बेहतर बनाएं आप भी खुशहाल हुकूमत भी खुशहाल है तो भाई मेरे बात करते हैं सैकड़ के दो पैकेट हैं मेरे पास भाई पहले तो एक चाल मैंने आप भाइयों को दी हुई है जिनके बिच्चों चार पैकेट निकल रहे हैं भाई ਉਹਨਾਂ ਚ ਇੱਕ ਗੀਤ ਇੱਕ ਮੇਰੇ ਕੋਲ ਹੋਰ ਪੈਕੇਟ ਹੈ ਮੈਂ ਕਹਾਂ ਮੈਂ ਆਪਣੇ ਭਈਆਂ ਨਾਲ ਸ਼ੇਅਰ ਕਰ ਦਵਾਂ ਤਾਂ ਭਾਈ ਮੇਰੇ ਇਹ ਚਾਲਾਂ ਨੇ ਰੂਟੀਨ ਨੇ ਇਹ ਆ ਵੀ ਸਕਦੇ ਮਿਸ ਵੀ ਹੋ ਸਕਦੇ ਨੇ ਭਾਈ ਗੱਲ ਇਹ ਕਿ ਆਪਕੋ ਆਪਕੇ ਚਾਲੋਆਂ ਕੇ ਸਾਥ ਮੈਚ ਹੋ ਤੋ ਪਲੇ ਕਰਨਾ ਨਾ ਮੈਚ ਹੋ ਤੋ ਛੋੜ ਦੇਣਾ ਤੋ ਭਾਈ ਮੇਰੇ ਚਲਦੇ ਆ ਚਾਲ ਦੀ ਤਰਫ ਚਾਲ ਇਸ ਤਰ੍ਹਾਂ ਦੋ ਪੈਕੇਟ ਨੇ ਭਾਈ ਮੇਰੇ 7500 ਬੌਂਡ ਵਿੱਚ ਡਰਾ ਹੈ ਥਾਈ ਲਾਟਰੀ ਦਾ ਕੁਰਾਂਦਾਜ਼ੀ ਹੋਣ ਵਾਲੀ ਪਈ ਮੇਰੇ ਤੋ ਭਾਈ ਪਹਿਲੇ ਤੋ ਤੁਹਾਨੂੰ ਪਤਾ ਹੀ ਹੋਣਾ ਹੈ ਚਾਲ ਮੈਂ ਦਿੱਤੀ ਸੀ ਭਾਈ ਮੇਰੇ ਉਹ ਮੇਰਾ ਜਿਹੜਾ ਚੈਨਲ ਹੈ ਸ਼ਬੀਰ ਪ੍ਰਾਈਜ਼ ਬੋਨ ਉਹ ਦਵਾ ਸਟ੍ਰਾਈਕ ਲੱਗ ਗਿਆ 7 ਦਿਨ ਤੱਕ ਮੈਂ ਵੀਡੀਓ ਨਹੀਂ ਹੁੰਦੇ ਤੇ ਪਾ ਸਕਦਾ ਤੋਂ ਜਿੱਥੇ ਚ ਦਿੱਤੀ ਸੀ ਵੀਰੀ ਉਥੇ ਤੋਂ ਉਥੇ ਖੜੀ ਹੋਈ ਹੈ ਇਹ ਭਾਈ ਜੀ ਪਹਿਲੇ 9 ਦਾ ক্লোਜ਼ 88 ਦਾ 9 ਦਾ ਹੈਗਾ ਸੀ ਛੀਵਾ ਫਿੰਗਰ ਇਹਨੇ ਥੱਲੇ ਭਾਈ ਜੀ ক্লোਜ਼ ਲੱਗਣਾ ਸੀ ਇਹ ਲੱਗ ਗਿਆ ਫਿਰ ਭਾਈ ਮੇਰੇ ਇਹ ਇਹਦਾ ਸੀ 8 ਦਾ ਫਿੰਗਰ 94 43 ਦਾ 08 ਇਹਦਾ 8 ਦਾ ਛੀਵਾ ਫਿੰਗਰ ਸੀ ਇਹਨੇ ਥੱਲੇ ਕਲੋਜ਼ ਲਗਣਾ ਸੀ 58 ਲੱਗ ਗਈ ਫਿਰ ਭਈ ਆ 7 ਦਾ ਸੀ ਇਹਨੇ ਥੱਲੇ ਲਗਣਾ ਸੀ 97 ਲੱਗ ਗਈ ਫਿਰ ਭਈ ਮੇਰੇ 5 ਦਾ ਸੀ ਇਹਨੇ ਥੱਲੇ ਲਗਣਾ ਸੀ ਭਾਈ ਮੇਰੇ ਇਹ 75 9 ਲੱਗ ਗਈ ਫਿਰ ਭਈ 8 ਦਾ ਸੀ ਇਹਨੇ ਥੱਲੇ ਲਗਣਾ ਸੀ 18 ਲੱਗ ਗਈ 28 8 ਦੀ ਪੈਕੇਟ ਲੱਗ ਗਈ ਅੱਜ ਭਈ ਇਹ 9 ਹੈ ਕਹਿੰਦਾ ਮੈਂ ਕੱਲਾ ਕਲੋਜ਼ ਲਗਣਾ ਹੈ ਇਹ ਮੈਂ ਤੁਹਾਨੂੰ ਭਾਈਆਂ ਨੂੰ ਬਖਾਣਾ ਕਿ ਪੂਰੀ ਪੈਕੇਟ ਕਿਵੇਂ ਲੱਗ ਰਹੀ ਹੈ ਭਾਈ ਮੇਰੇ ਇਹ ਜਿਹੜਾ ਬ੍ਰੋਕਰ ਇਹਨੂੰ ਬਾਹਰ ਕੱਢ ਲੈਣਾ ਇਹਦੀ ਬਾਕੀ ਲੈ ਲੈਣੀ ਬਾਕੀ ਦੋ ਸੀ ਦੋ ਤੋਂ ਇੱਕ ਫਿੰਗਰ ਘਟਾਇਆ ਫਿਰ ਘਟਾਇਆ ਦੋ ਇੱਕ ਜ਼ੀਰੋ ਤੇ ਇਹਨਾਂ ਇਹ ਦੋ ਦਾ ਕਰ ਕਰਨਾ ਤੇ ਜ਼ੀਰੋ ਦਾ ਕਰ ਕਰਨਾ ਅੱਗੇ ਭਾਈ ਓਪਨ ਲੱਗਣਾ ਸੀ ਜਿਹੜਾ ਕਿ ਅੱਗੇ ਨੌ ਦਾ ਕਲੋਜ਼ ਹੋ ਨਿਕਲਿਆ ਖਲੇ ਸੋ ਜਿਹੜੇ ਕਲੋਜ਼ ਨਿਕਲ ਰਹੇ ਨੇ ਜਿਸ ਤਰ੍ਹਾਂ ਆਕੜੇ ਲੱਗ ਰਹੇ ਨੇ ਮੈਂ ਉਹ ਭਾਈਆਂ ਨੂੰ ਵਖਾਂਣ ਲੱਗਿਆ ਇਹ ਭਾਈ ਮੇਰੇ ਸਾਦਾ ਓਪਨ ਲੱਗ ਗਿਆ ਫਿਰ ਇਹ ਪੰਜ ਦਾ ਓਪਨ ਲੱਗ ਗਿਆ ਐਂਦੀ ਸੀ ਬਾਕੀ 6 6 ਤੋਂ ਇੱਕ ਘਟਾਇਆ 5 4 5 4 ਤੇ 6 ਦਾ ਕਰ ਤੇ 4 ਦਾ ਕਰ ਤੇ 5 ਇਹੋ ਹੀ 5 ਕੱਲਾ ਹੀ ਏ ਇੱਥੇ ਆਪਾਂ ਲਗਣਾ ਸੀ ਇਸੇ ਤਰੀਕੇ ਨਾਲ ਪਈ ਆ ਓਪਨ ਲੱਗ ਰਿਆ ਨੇ ਇਹ ਓਪਨ ਯਾਦ ਰੱਖ ਲਓ ਭਈ ਮੇਰੇ 1 6 4 9 0 ਦਾ ਓਪਨ ਹੈ ਇੱਧਰ ਭਈ ਜੀ ਓਪਨ ਜਿਹੜੇ ਉਹਨਾਂ ਹੀ ਆਖੜਾਂ ਨਾਲ ਓਪਨ ਲੱਗ ਰਿਆ ਨੇ ਇਹ ਮੈਚ ਕਰਦੇ ਓਪਨ ਕਟਾ ਕੇ ਮੈਂ ਇਹਦੇ ਭਈਆਂ ਨੂੰ ਪੈਕਟਾ ਬਣਾ ਕੇ ਦੇਣੀਆਂ ਨੇ ਬਲਕਿ ਪੈਕਟ ਦੇਣੀਆਂ ਇਨਸ਼ਾ ਅੱਲਾਹ ਦੀ ਗੋਣ ਵਾਲੇ ਇੱਕੋ ਪੈਕਟ ਦੇਣੀਆਂ ਇਹਦੇ ਭਈਆਂ ਨੂੰ ਦੋ ਭਾਈ ਮੇਰੇ ਐਂ ਦਾਪਾ ਲੈਣਾਂ ਦਾ ਚੌਥਾ ਫਿੰਗਰ ਕਲੀਚੇ ਤੱਕ ਕਲੀਚੀ ਓਪਨ ਲੱਗਣਾ ਸੀ ਇਹ ਕਲੀਚੇ ਚ ਚੌਥਾ ਫਿੰਗਰ ਤੱਕ ਕਲੀਚੀ ਓਪਨ ਲਗਣਾ ਸੀ ਐ ਕਲੀਚੇ ਤੱਕ ਕਲੀਚੀ ਓਪਨ ਲਗਣਾ ਸੀ ਐ ਕਲੀਚੇ ਤੱਕ ਕਲੀਚੀ ਓਪਨ ਲਗਣਾ ਸੀ ਐ ਜੋਟ ਵਿੱਚ ਆ ਗਿਆ ਭਈ ਅਗੇ ਜੋਟ ਚ ਓਪਨ ਲਗਣਾ ਸੀ 07 ਦਾ ਅਕੜਾ ਲੱਗ ਗਿਆ ਫਿਰ ਭਈ ਆ ਜੋਟ ਸੀ ਅਗੇ ਜੋਟ ਚੀ ਅਕੜਾ ਓਪਨ ਲਗਣਾ ਸੀ 28 ਦਾ ਅਕੜਾ ਲੱਗ ਗਿਆ ਅੱਜ ਕਹਿੰਦਾ ਕਲੀਚ ਓਪਨ ਲਾਣਾ ਹੈ ਇਧਰ ਭਈ ਮੇਰੇ ਕਲੀ ਦੇ ਵਿੱਚ 1 ਤੇ 9 ਦਾ ਬਚਿਆ 1 9 ਦਾ ਫਿੰਗਰ ਬਚਿਆ ਬਾਕੀ ਤਿੰਨ ਜੋਟ ਵਿੱਚ ਨੇ ਆ 88 ਦਾ ਹੈਗਾ ਸੀ ਨੋਵਾ ਫਿੰਗਰ ਸੀ ਜਿਹੜਾ ਤੁਹਾਨੂੰ ਦੱਸਿਆ ਕਲੋਜ਼ ਹੀ ਲੱਗਣਾ ਸੀ ਇਹ ਦੂਜਾ ਛੀਵਾ ਫਿੰਗਰ ਐ ਛੀਵਾ ਫਿੰਗਰ 88 88 ਕਲੋਜ਼ ਹੀ ਲੱਗਣਾ ਸੀ ਸਤਵਾਂ 88 ਸੱਤਾ ਕਲੋਜ਼ ਹੀ ਲੱਗਣਾ ਸੀ ਪੰਜਾ ਕਲੋਜ਼ ਲੱਗਣਾ ਸੀ ਸੱਤਾ ਕਲੋਜ਼ ਹੀ ਲੱਗਣਾ ਸੀ ਅੱਠਾ ਕਲੋਜ਼ ਹੀ ਲੱਗਣਾ ਸੀ ਅੱਜ ਨੋ ਪਿਆ ਕਹਿੰਦਾ ਕਲੋਜ਼ ਹੀ ਲਾਉਣਾ ਮੈਂ ਆ ਭਾਈ ਮੇਰੇ ਸੈਂਟਰ ਅਗੇ ਨੇ ਇਹ ਆਕੜੇ ਨੂੰ ਬਾਹਰ ਰੱਖ ਲੈਣਾ ਇਹ 98 ਦਾ ਹੈਗਾ ਬ੍ਰੋਕਰ ਦੇ ਪੂਰਾ ਪੰਗੂੜਾ ਛੱਡ ਕੇ ਪਿਛਲਾ ਪੰਜਵਾਂ ਤੇ ਛੀਵਾਂ ਫਿੰਗਰ ਨੂੰ ਬਾਹਰ ਕੱਢ ਲੈਣਾ ਇਹਦੇ ਨੌਵੇਂ ਤੋਂ ਨੌ ਤੋਂ ਇੱਕ ਘਟਾ ਲੈਣਾ ਇਹਨਾਂ ਦਾ ਘਰ ਕਰ ਲੈਣ ਅੱਗੇ ਸੈਂਟਰ ਲੱਗਣਾ ਸੀ ਚਾਰ ਦਾ ਸੈਂਟਰ ਲੱਗ ਗਿਆ ਇਹ ਸੈਂਟਰ ਪਿਆ ਸੀ ਫਿਰ ਭਾਈ ਜੀ ਆ 08 ਬਾਹਰ ਰੱਖ ਲੈਣੀ ਹੈ 8 ਤੋਂ ਇੱਕ ਘਟਾ ਲੈਣਾ ਇਹਨਾਂ ਦਾ ਓਮ ਕਰ ਲੈਣ ਲੱਗੇ ਆ ਲੱਗਣਾ ਸੀ ਇਹ ਭਾਈ ਇਸੇ ਤਰੀਕੇ ਨਾਲ ਇਹ ਸੈਂਟਰ ਨਿਕਲੇ ਸਨ ਮੈਂ ਭਾਈਆਂ ਨੂੰ ਅੱਗੇ ਵੀ ਵਿਖਾਣਾ ਭਾਈ ਮੇਰੇ ਇਹ ਇਹ ਨਿਕਲੇ ਭਾਈ ਮੇਰੇ ਇਹਦੀ ਜਮਾ ਸੀ ਇੱਕ ਇੱਕ ਤੋਂ ਦੋ ਘਟਾ ਲੈ ਦੋ ਵਧਾ ਲੈ ਇਹ ਇਹਨਾਂ ਦੇ ਘਰ ਕਰ ਲੈਣੇ ਸਨ ਅੱਗੇ ਸੈਂਟਰ ਲੱਗਣਾ ਸੀ ਐਂਦੀ ਜਮਾ ਸੀ ਭਾਈ ਇੱਕ ਇੱਕ ਤੋਂ ਇੱਕ ਦੋ ਘਟਾ ਲੈ ਤੇ ਦੋ ਵਧਾ ਲੈ ਇਹਨਾਂ ਨੂੰ ਕਰਕੇ ਅੱਗੇ ਸੈਂਟਰ ਲੱਗਣਾ ਸੀ ਫਿਰ ਐਂਦੀ ਜਮਾ 7 ਸੀ 7 ਚੋਂ ਦੋ ਘਟਾ ਲੈ ਤੇ ਦੋ ਵਧਾ ਲੈ ਇਹਨਾਂ ਦੇ ਇਹ ਸੈਂਟਰ ਲੱਗਣ ਸੇ ਪੰਜਾ ਸੈਂਟਰ ਲੱਗ ਗਿਆ ਫਿਰ ਭਾਈ ਮੇਰੇ ਇਸੇ ਤਰੀਕੇ ਨਾਲ ਇਹਨਾਂ ਦੀ ਜਮਾ ਸੀ 4 4 ਤੋਂ ਦੋ ਘਟਾ ਲੈ ਦੋ ਵਧਾ ਲੈ ਇਹ ਸੈਂਟਰ ਲੱਗਣ ਸਨ ਇਹ ਲੱਗ ਗਿਆ ਭਾਈ ਸੈਂਟਰ ਬਾਈ ਮੇਰੇ ਤੌਰ ਤੱਕ ਸੈਂਟਰ ਲੱਗਦੇ ਆਉਂਦੇ ਨੇ ਇਹ ਸੈਂਟਰ ਮੈਂ ਸਾਰੇ ਚੀਜ਼ਾਂ ਮੈਚ ਕਰਕੇ ਤੇ ਇਹ ਲਿਖੀਆਂ ਨੇ ਬਾਈ ਮੇਰੇ ਇਹ ਓਪਨ ਹੈਗੇ ਨੇ ਇੱਕ ਸਾਈਡ ਤੇ ਇੱਕ ਸਾਈਡ ਤੇ ਇਹ ਓਪਨ ਹੈਗੇ ਨੇ ਇਹ ਕੱਲਾ ক্লোਜ਼ ਹੈ ਇਹ ਸੈਂਟਰ ਨੇ ਇਹ ਸੈਂਟਰ ਨਾਲ ਸੈਂਟਰ ਹੈ ਮੈਚ ਹੁੰਦੇ ਨੇ ਇਹ ਬਾਈ ਮੇਰੇ ਦੋ ਆਕੜੇ ਨਿਕਲਦੇ ਨੇ ਇਹ ਚਾਰ ਪੈਕਟਾ ਨਿਕਲਦੀਆਂ ਨੇ ਠੀਕ ਹੋ ਗਿਆ ਬਾਈ ਮੇਰੇ ਇਹ ਮੇਰੇ ਕੋਲ ਚਾਰ ਰੂਟੀਨ ਹੈਗੀ ਬਾਈ ਮੇਰੇ YouTube ਤੇ ਦਿੱਤੀ ਤੇ ਦਸਤੀ ਇਹ ਕੈਚ ਹੋ ਜਾਣੀ ਹੈ ਅਗਰ ਭਾਈਆਂ ਨੂੰ ਯਕੀਨ ਹੋਵੇ ਇੰਨਾ ਪੈਕਟਾਂ ਦੇ ਵਿੱਚੋਂ ਮੈਂ ਇੱਕੋ ਪੈਕਟ ਕਨਫਰਮ ਕੀਤੀ ਬਾਈ ਮੇਰੇ ਇਹ ਪੈਕੇਟ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਇਹ ਸੈਕੰਡ ਪੈਕੇਟ ਲੱਗਣੀ ਹੈ ਅੱਲਾ ਦੇ ਹੁਕਮ ਨਾਲ ਇਹ ਸੈਕੰਡ ਪੈਕੇਟ ਲੱਗੇਗੀ ਦੂਸਰੀ ਪੈਕੇਟ ਭਾਈ ਮੇਰੇ ਕੋਲ ਆ ਗਈ ਹੈ ਅਗਰ ਮੇਰੇ ਭਾਈਆਂ ਨੂੰ ਪਸੰਦ ਆਵੇ ਤੈਨੂੰ ਪਲੇ ਕਰ ਲਿਆ ਜੇ ਨਾ ਪਸੰਦ ਆਵੇ ਤੇ ਛੱਡ ਦੇ ਆਹ ਪੈਕੇਟ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਸੈਕੰਡ ਦੇ ਦੋਵੇਂ ਪੈਕਟਾਂ ਨੇ ਸੈਕੰਡ ਹੀ ਨਿਕਲਦੀਆਂ ਪਈਆਂ ਨੇ ਸੈਕੰਡ ਚ ਨਿਕਲ ਰਹੀਆਂ ਨੇ ਤਾਂ ਭਾਈ ਮੇਰੇ ਇਹ ਰੂਟਿਨ ਸੀ ਆ ਸਾਰੇ ਰੂਟਿਨ ਭਾਈ ਆ ਭਾਈਆਂ ਨੂੰ ਲਿਖ ਤੇ ਦਿੱਤੀ ਹੈ यह दो पैकेट ने भाइयों वास्ते अगर पइया अच्छिया लगन पसंद आवन तो इन्हों प्ले कर दा आवन तो छोड़ दो तो भाई मेरे मेरी चाल मेरी मेहनत अच्छी लगी हो पसंद आई हो लाइक शेयर तो सबसक्राइब लाजमी करना एक नवी वीडियो टोडे भाइयों तक पहुँचे तो भाई मेरे अगली वीडियो तक इजाजत दियो अाफिज़ यह पैकेट नहीं छड़नी पाई